ਪਿਛਲੇ ਜਨਮ ਚ ਤੁਸੀਂ ਕਹਿ ਰਹੇ ਹੋ ਕਿ ਮੌਤ ਹੋ ਗਈ ਸੀ, ਤੇ ਉਸ ਟਾਈਮ ਤੇ ਤੁਹਾਡੀ ਏਜ ਕੀ ਰਹੀ, ਛੋਟੇ ਸੀਗੇ ਜਾਂ? ਨਹੀਂ ਨਹੀਂ ਬੱਚੇ ਸੀ ਮੇਰੇ। ਅੱਛਾ ਜੀ, ਹਾਂ ਅੱਛਾ ਜੀ। ਮੰਨਣ ਨੂੰ ਦਿਲ ਨਹੀਂ ਕਰਦਾ, ਪਰ ਕਿਉਂਕਿ ਆਪਣੇ ਤੇ ਬੀਤੀ ਹੋਈ ਆ, ਇੱਕ ਉਹ ਕਹਾਣੀ ਅੱਜ ਤੱਕ ਯਾਦ ਆ, ਇਸ ਕਰਕੇ ਉਹ ਹੀ ਮੋਬਾਈਲ ਫੋਨ ਦਾ ਜਦੋਂ ਜਾਂ ਇੰਟਰਨੈਟ ਦਾ ਅਸੀਂ ਜਦੋਂ ਗਲਤ ਪਾਸੇ ਨੂੰ ਇਸਤੇਮਾਲ ਸ਼ੁਰੂ ਕਰ ਦਿੰਦੇ ਹਾਂ, ਕ੍ਰਾਈਮ ਵਾਲੇ ਪਾਸੇ, ਆਪਣੇ ਕਹਿ ਲਓ ਸੈਕਸ ਵਾਲੇ ਪਾਸੇ। ਤੁਸੀਂ ਕਿਹੜੇ ਕਿਹੜੇ ਆਰਟਿਸਟ ਨਾਲ ਕੰਮ ਕੀਤਾ ਔਰ ਕਿਹੜੀ ਕਿਹੜੀ ਮੂਵੀਜ਼ ਦੇ ਵਿੱਚ ਕੀਤਾ? ਪਹਿਲੀ ਫਿਲਮ ਕੀਤੀ ਜੀ ਆਇਆਂ ਨੂੰ, ਔਰ ਉਹ ਸੀ ਰਿਵਾਈਵਲ ਆਫ ਪੰਜਾਬੀ ਸਿਨੇਮਾ। ਦੂਸਰੀ ਫਿਲਮ ਕੀਤੀ ਅਸੀਂ ਅਸਾਨੂੰ ਮਾਣ ਵਤਨਾਂ ਦਾ। ਤੀਸਰੀ ਫਿਲਮ ਕੀਤੀ ਦਿਲ ਆਪਣਾ ਪੰਜਾਬੀ। ਪਾਜੀ ਛੋਟਾ ਮੇਰਾ ਮੋਬਾਈਲ ਖਾ ਗਿਆ ਐਂਗੀ, ਤੇਰਾ ਮੇਰਾ ਕੀ ਰਿਸ਼ਤਾ, ਮੇਲ ਕਰਾ ਦੇ ਰੱਬਾ, ਅੱਖੀਆਂ ਉਡੀਕਦੀਆਂ। ਸੀਰੀਅਲਸ ਬਹੁਤ ਲਿਖੇ, ਘੁੱਗੀ ਐਕਸਪ੍ਰੈਸ, ਪਟਾਕੇ ਠਾ, ਵਿਵੇਕ ਸ਼ੌਕ ਨਾਲ, ਤੇ ਇਸੇ ਤਰ੍ਹਾਂ ਹੀ ਇੱਕ ਸੀਰੀਅਲ ਮੈਂ ਲਿਖਿਆ ਸੀ ਸੁਰਖਾਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇੰਦਰ ਸਿੰਘ ਪੋਡਕਾਸਟ ਦੇ ਵਿੱਚ। ਅੱਜ ਦਾ ਜੋ ਐਪੀਸੋਡ ਹੈ ਇਹ ਹੈ ਸੁਖਵਿੰਦਰ ਸੁੱਖੀ ਜੀ ਦਾ ਪਾਰਟ 2। ਪਾਰਟ 1 ਦੇ ਵਿੱਚ ਤੁਸੀਂ ਦੇਖਿਆ ਟੱਲੀ ਰਾਮ ਬਾਰੇ। ਇਹਦੇ ਵਿੱਚ ਆਪਾਂ ਗੱਲਾਂ ਕਰਾਂਗੇ ਟੀਵੀ ਸ਼ੋਅ ਜਾਂ ਮੂਵੀਜ਼ ਲਿਖੀਆਂ ਹੋਈਆਂ ਹਨ, ਮੂਵੀਜ਼ ਦੇ ਵਿੱਚ ਕੰਮ ਕੀਤਾ ਹੈ ਜਾਂ ਟੀਵੀ ਸ਼ੋਅਜ਼ ਦੇ ਵਿੱਚ ਕੰਮ ਕੀਤਾ ਹੈ ਉਹਨਾਂ ਦੇ ਬਾਰੇ ਗੱਲਾਂ ਕਰਾਂਗੇ, ਕੋਮੇਡੀ ਸ਼ੋਅਜ਼ ਕੀਤੇ ਹਨ ਉਹਨਾਂ ਦੇ ਬਾਰੇ ਗੱਲਾਂ ਕਰਾਂਗੇ, ਨਾਲ ਦੀ ਨਾਲ ਅਸੀਂ ਗੱਲ ਕਰਾਂਗੇ ਉਹਨਾਂ ਦੀ ਲਾਈਫ ਦੇ ਬਾਰੇ, ਨਾ ਕਿ ਸਿਰਫ ਲਾਈਫ ਦੇ ਬਾਰੇ ਬਲਕਿ ਉਹਨਾਂ ਦੀ ਪੁਰਾਣੀ ਲਾਈਫ ਦੇ ਬਾਰੇ। ਜੀ ਹਾਂ, ਪਿਛਲੇ ਜਨਮ ਦੇ ਬਾਰੇ। ਜਿਵੇਂ ਕਿ ਤੁਸੀਂ ਸਾਡੇ ਪੋਡਕਾਸਟ ਦੇ ਪਹਿਲੇ ਪਾਰਟ ਨੂੰ ਪਿਆਰ ਦਿੱਤਾ ਹੈ, ਉਦਾਂ ਹੀ ਇਸ ਪਾਰਟ ਨੂੰ ਵੀ ਪਿਆਰ ਦੇਣਾ ਹੈ, ਸ਼ੇਅਰ ਕਰਨਾ ਹੈ ਆਪਣੇ ਫਰੈਂਡ ਸਰਕਲ ਵਿੱਚ ਅਤੇ ਫੈਮਿਲੀ ਗਰੁੱਪਸ ਦੇ ਵਿੱਚ। ਸ਼ੁਰੂ ਕਰਦੇ ਹਾਂ ਅੱਜ ਦਾ ਐਪੀਸੋਡ, ਤੁਸੀਂ ਇੱਕ ਵਾਰੀ ਇਸ ਪੋਡਕਾਸਟ ਨੂੰ ਪੂਰਾ ਦੇਖੋ ਅਤੇ ਇੰਜੋਏ ਕਰੋ। ਇਹ ਹੈ ਇੰਦਰ ਸਿੰਘ ਪੋਡਕਾਸਟ ਵਿਦ ਸੁਖਵਿੰਦਰ ਸੁੱਖੀ ਪਾਰਟ 2। ਓਕੇ ਸਰ, ਜੋ ਤੁਸੀਂ ਦੱਸ ਰਹੇ ਸੀ ਲਿਸ਼ਕਾਰਾ ਜਾਂ ਫਿਰ ਜੋ ਵੀ ਤੁਸੀਂ ਸਟੇਜ ਸ਼ੋ ਦੱਸੇ ਨੇਗੇ, ਉਹ ਅਸੀਂ ਆਪਣੇ ਬਚਪਨ ਦੇ ਵਿੱਚ ਸੁਣੇ ਹੋਏ ਨੇ। ਹੋ ਸਕਦਾ ਕਿ ਆਡੀਅੰਸ ਨੂੰ ਵੀ ਇਹ ਚੀਜ਼ਾਂ ਆਪਣੇ ਨਾਲ ਰਿਲੇਟ ਕਰਨ ਨੂੰ ਮਿਲੀਆਂ ਹਨ, ਤੇ ਬਹੁਤ ਵਧੀਆ ਲੱਗਿਆ ਇਸ ਚੀਜ਼ ਨੂੰ ਸੁਣ ਕੇ। ਸਰ, ਆਪਾਂ ਪੁੱਛਾਂਗੇ ਕਿ ਫਿਲਮ ਜਿਹੜੀ ਆਪਣੀ ਪੰਜਾਬੀ ਮੂਵੀਜ਼, ਤੁਸੀਂ ਉਹਨਾਂ ਵਿੱਚ ਵੀ ਕੰਮ ਕੀਤਾ ਹੈ ਜੀ? ਪਹਿਲਾ ਸਵਾਲ ਤਾਂ ਮੇਰਾ ਇਹੀ ਰਹੇਗਾ ਕਿ ਤੁਸੀਂ ਕਿਹੜੇ ਕਿਹੜੇ ਆਰਟਿਸਟ ਨਾਲ ਕੰਮ ਕੀਤਾ ਔਰ ਕਿਹੜੀ ਕਿਹੜੀ ਮੂਵੀਜ਼ ਦੇ ਵਿੱਚ ਕੀਤਾ? ਪਹਿਲੀ ਫਿਲਮ ਕੀਤੀ ਜੀ ਆਇਆਂ ਨੂੰ ਜੀ, ਔਰ ਉਹ ਸੀ ਰਿਵਾਈਵਲ ਆਫ ਪੰਜਾਬੀ ਸਿਨੇਮਾ ਜੀ। ਤੇ ਉਹ ਇੱਕ ਟੀਮ ਬਣ ਗਈ, ਹਰਭਜਨ ਮਾਨ, ਮਨਮੋਹਨ ਸਿੰਘ, ਹਰਮੀਤ ਸਿੰਘ ਕੈਮਰਾਮੈਨ, ਤੇ ਅਸੀਂ ਸਾਰੇ, ਰਾਣਾ ਰਣਵੀਰ, ਘੁੱਗੀ, ਮੈਂ, ਸਾਰੇ, ਮਤਲਬ ਉਹ ਜਿਹੜੀ ਜੀ ਆਇਆਂ ਨੂੰ ਦੀ ਟੀਮ ਸੀ ਉਹ ਤਕਰੀਬਨ ਸਾਰੀ ਟੀਮ ਅੱਗੇ ਵੀ ਉਹਨਾਂ ਨੇ ਕੈਰੀ ਔਨ ਕੀਤਾ ਜੀ। ਦੂਸਰੀ ਫਿਲਮ ਕੀਤੀ ਅਸੀਂ ਅਸਾਨੂੰ ਮਾਣ ਵਤਨਾਂ ਦਾ। ਕਿਆ ਬਾਤ ਹੈ ਸਰ ਜੀ। ਤੀਸਰੀ ਫਿਲਮ ਕੀਤੀ ਦਿਲ ਆਪਣਾ ਪੰਜਾਬੀ ਜੀ। ਤੇ ਉਸ ਫਿਲਮ ਦੇ ਵਿੱਚ ਮੇਰਾ ਡਾਇਲੋਗ ਸੀ ਝੋਟਾ ਮੇਰਾ ਮੋਬਾਈਲ ਖਾ ਗਿਆ, ਔਰ ਉਹ ਡਾਇਲੋਗ ਜਿਹੜਾ ਉਹਦੀ ਕਾਲਰ ਟਿਊਨ ਬਣੀ ਸੀ ਜੀ। ਉਸ ਜ਼ਮਾਨੇ 'ਚ ਲੋਕੀ, ਮਤਲਬ ਤੁਸੀਂ ਕਿਸੇ ਨੂੰ ਫੋਨ ਕਰੋ ਜੀ, ਤੇ ਅੱਗੋਂ ਅਗਲਾ ਸੁਣਦਾ ਇਹੀ ਸੀ, ਉਹ ਪਾਜੀ ਝੋਟਾ ਮੇਰਾ ਮੋਬਾਈਲ ਖਾ ਗਿਆ ਜੀ, ਹੈਨਾ ਜੀ। ਤੇ ਚਲੋ ਉਹਦੇ ਤੋਂ ਬਾਅਦ ਫਿਰ ਹੋਰ ਵੀ ਬੈਨਰਸ ਦੀਆਂ ਫਿਲਮਾਂ ਜਿਵੇਂ ਸ਼ੇਰ ਗਿੱਲ ਨਾਲ, ਗਿੱਪੀ ਗਰੇਵਾਲ ਨਾਲ ਕੀਤੀਆਂ, ਤੇਰਾ ਮੇਰਾ ਕੀ ਰਿਸ਼ਤਾ, ਮੇਲ ਕਰਾ ਦੇ ਰੱਬਾ। ਫਿਰ ਮੌਕਾ ਮਿਲਿਆ ਲਖਵਿੰਦਰ ਵਡਾਲੀ ਨੂੰ ਇੰਟਰੋਡਿਊਸ ਕਰਨ ਵਾਲੀ ਫਿਲਮ ਮੈਂ ਲਿਖੀ, ਅੱਖੀਆਂ ਉਡੀਕਦੀਆਂ। ਤੁਸੀਂ ਆਪ ਲਿਖੀ? ਹਾਂ, ਉਹਦੀ ਸਟੋਰੀ, ਸਕਰੀਨ ਪਲੇ, ਡਾਇਲੋਗਸ, ਉਹ ਸਾਰੇ ਮੈਂ ਲਿਖੇ, ਪਲੱਸ ਦੋ ਗਾਣੇ ਲਿਖੇ
ਓਕੇ ਉਸ ਫਿਲਮ ਦੇ ਓਕੇ ਸਰ ਐਂਡ ਉਹਦੇ ਚ ਐਕਟਿੰਗ ਵੀ ਕੀਤੀ ਜੀ ਤੇ ਗੁੱਗੂ ਗਿੱਲ ਨਿਰਮਲ ਰਿਸ਼ੀ ਜੀ ਲਖਵਿੰਦਰ ਵਡਾਲੀ ਜੀ ਗੁਰਕੀਰਤਨ ਉਸ ਟਾਈਮ ਦਾ ਬਹੁਤ ਵਧੀਆ ਐਕਟਰ ਸੀ ਇਹਨਾਂ ਸਾਰਿਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਸੀਰੀਅਲਸ ਬਹੁਤ ਲਿਖੇ ਜੀ ਸੀਰੀਅਲਸ ਕਿਹੜੇ ਕਿਹੜੇ ਸੀਰੀਅਲਸ ਦਾ ਜੇ ਗੱਲ ਕਰੀਏ ਤੇ ਆਪਣੇ ਘੁੱਗੀ ਐਕਸਪ੍ਰੈਸ ਪਟਾਕੇ ਠਾ ਵਿਵੇਕ ਸ਼ੌਕ ਨਾਲ ਮੈਂ ਐਕਟਿੰਗ ਕਰਦਾ ਸੀ ਨਾਲ ਸਾਰੀ ਕਾਮੇਡੀ ਮੈਂ ਲਿਖਦਾ ਸੀ ਸਰ ਜਿਨ੍ਹਾਂ ਦਾ ਵੀ ਤੁਸੀਂ ਨਾਮ ਲੈ ਰਹੇ ਹੋ ਨਾ ਇਹ ਸਾਡੇ ਬਚਪਨ ਦੇ ਵਿੱਚ ਸਾਡੇ ਅੱਖਾਂ ਦੇ ਮੋਹਰੇ ਟੀਵੀ ਦੇ ਉੱਤੇ ਦੇਖੀਆਂ ਚੀਜ਼ਾਂ ਦੀ ਗੱਲਾਂ ਨੇ ਜੀ ਤੇ ਇਸੇ ਤਰ੍ਹਾਂ ਹੀ ਇੱਕ ਸੀਰੀਅਲ ਮੈਂ ਲਿਖਿਆ ਸੀ ਸੁਰਖਾਬ ਜੀ ਬਹੁਤ ਇਮੋਸ਼ਨਲ ਸੀਰੀਅਲ ਸੀ ਉਹ 52 ਐਪੀਸੋਡਸ ਦਾ ਉਹ ਸੁਰਖਾਬ ਸੀਰੀਅਲ ਦੀ ਖਾਸੀਅਤ ਇਹ ਸੀ ਕਿ ਉਹ ਜਿੱਥੋਂ ਜਿੱਥੋਂ ਵੀ ਪੂਰੇ ਵਰਲਡ ਚ ਪੰਜਾਬੀ ਟੀਵੀ ਚੱਲਦਾ ਹੈ ਚਾਹੇ ਘੰਟੇ ਲਈ ਵੀ ਚੱਲਦਾ ਉੱਥੇ ਉਹ ਸੀਰੀਅਲ ਦੋ ਦੋ ਵਾਰੀ ਰਿਪੀਟ ਟੈਲੀਕਾਸਟ ਹੋਇਆ ਤੇ ਉਹਦੀ ਖਾਸੀਅਤ ਇਹ ਸੀ ਸੀਰੀਅਲ ਦੀ ਕਿ ਉਹਦੀ ਡੀਵੀਡੀ ਦਾ ਸੈੱਟ ਕੈਨੇਡਾ ਚ ਵਿਕਦਾ ਹੁੰਦਾ ਸੀ ਤੇ ਲੋਕੀ ਦੁਕਾਨ ਤੇ ਜਾ ਕੇ ਕਹਿੰਦੇ ਸੀ ਸੁਰਖਾਬ ਦਾ ਸੈੱਟ ਦੇ ਦੋ ਤੇ ਇੰਨਾ ਜ਼ਬਰਦਸਤ ਉਹ ਸੀਰੀਅਲ ਸੀ ਇਸੇ ਤਰ੍ਹਾਂ ਹੀ ਬਾਬਾ ਬਾਲਕ ਨਾਥ ਫਿਲਮ ਲਿਖੀ ਮੂਵੀ ਜਿਹੜੀ ਕਿ ਟੀ ਸੀਰੀਜ਼ ਦੀ ਫਿਲਮ ਸੀ ਪੀਟੀਸੀ ਦੇ ਜਿੰਨੇ ਸ਼ੋਜ਼ ਨੇ ਪੀਟੀਸੀ ਤੋਂ ਪਹਿਲਾਂ ਚੈਨਲ ਹੁੰਦਾ ਸੀ ETC ਟੀਮ ਸੇਮ ਸੀ ਹਾਂ ਟੀਮ ਸੇਮ ਸੀ ਪਰ ਚੈਨਲ ਦਾ ਨਾਂ ETC ਜੀ ਹਾਂਜੀ ਹਾਂਜੀ ਦੇਖਿਆ ਸੀ ਠੀਕ ਆ ETC ਵਾਲਿਆਂ ਨੇ ਸ਼ੁਰੂ ਕੀਤਾ ਸੀ ਮਿਊਜ਼ਿਕ ਅਵਾਰਡ ਉਹ ਜਲੰਧਰ PAP ਗਰਾਊਂਡ ਚ ਹੋਣਾ ਸੀ ਪਹਿਲਾਂ ਤੇ ਉਹਦੇ ਚ ਹੋਸਟ ਜਿਹੜਾ ਆ ਉਹ ਨਵਜੋਤ ਸਿੱਧੂ ਸੀ ਤੇ ਨਵਜੋਤ ਸਿੱਧੂ ਇਸ ਕੰਡੀਸ਼ਨ ਦੇ ਉੱਤੇ ਹੋਸਟ ਬਣਿਆ ਸੀ ਵੀ ਜੇ ਮੇਰੀ ਸਕ੍ਰਿਪਟ ਸੁਖੀ ਲਿਖੇਗਾ ਤੇ ਇਹ ਓਨੇ ਦਿਨ ਜਿੰਨੀ ਦੇਰ ਤੱਕ ਪਰਫਾਰਮੈਂਸ ਹੋ ਨਹੀਂ ਜਾਂਦੀ ਓਨੇ ਦਿਨ ਮੇਰੇ ਕੋਲ ਰਹੂਗਾ ਤੇ ਮੈਂ ਪਟਿਆਲੇ ਉਹਦੇ ਘਰ ਰਹਿੰਦਾ ਸੀ ਉਹਦੀ ਰਿਹਰਸਲ ਕਰਵਾਉਂਦਾ ਸੀ ਤੇ ਸਕ੍ਰਿਪਟ ਵੀ ਮੈਂ ਲਿਖੀ ਸੀ ਉਹਦੇ ਤੋਂ ਬਾਅਦ ਉਹ ਐਸਾ ਕੰਮ ਸ਼ੁਰੂ ਹੋਇਆ ਕਿ ਉਹ PTC ਬਣ ਗਿਆ PTC ਜੀ ਪੰਜਾਬੀ ਦੇ ਜਿੰਨੇ ਸ਼ੋਅ ਸੀ ਉਹ ਸਾਰੇ ਸਿਰਫ ਤੇ ਸਿਰਫ ਸੁਖਵਿੰਦਰ ਸੁਖੀ ਲਿਖਦਾ ਸੀ ਕੀ ਬਾਤ ਹੈ ਸਰ ਮੈਂ ਕਿਹਾ ਹੁਣ ਕੀ ਕੀਤਾ ਜਾਵੇ ਜੀ ਫੇਰ ਮੈਂ ਕਿਹਾ ਹੁਣ ਇਹ ਵਿਸ਼ਾ ਛੱਡਣਾ ਪੈਣਾ ਹੈ ਫੋਕਲੋਰਸ ਦਾ ਜੀ ਫੇਰ ਮੈਂ ਇੱਕ ਕਾਮੇਡੀ ਪਲੇਅ ਲਿਖਿਆ ਡਾਕੂ ਕਬ ਆਏਗੇ ਕਿ ਇੱਕ ਬੰਦਾ ਆ ਉਹ ਵੇਟ ਕਰ ਰਿਹਾ ਬੜੀ ਈਗਰ ਲੀ ਕੇ ਕਾਸ਼ ਮੇਰੇ ਘਰ ਡਾਕੂ ਆਣ ਅੱਛਾ ਜੀ ਚਾਹ ਚੜਿਆ ਹੋਇਆ ਉਹਨੂੰ ਮੇਰੇ ਘਰ ਡਾਕੂ ਆਣ ਉਹ ਕਿਉਂ ਆਣ ਉਹ ਪੂਰਾ ਹਾਂ ਸਟੋਰੀ ਸੀ ਉਹ ਪਲੇ ਅਸੀਂ ਕੀਤਾ ਰੈਡ ਕ੍ਰੋਸ ਪਵਨ ਹਾਊਸਫੁੱਲ ਨਾਲ ਦੀ ਨਾਲ ਹੀ ਪਲੇ ਖਤਮ ਹੋਇਆ ਤੇ ਜਿਮ ਖਾਨਾ ਕਲੱਬ ਤੋਂ ਆਫਰ ਆ ਗਈ ਕਿ ਜਿਮ ਖਾਨਾ ਕਲੱਬ ਚ ਪਲੇ ਕਰੋ ਜੀ ਉੱਥੇ ਪਲੇ ਖਤਮ ਹੋਇਆ ਤੇ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਹੁੰਦੇ ਸੀ ਜਲੰਧਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਕਿ ਮੇਰੀ ਰਿਕੁਐਸਟ ਆ ਕਿ ਪੂਰੀ ਟੀਮ ਕੱਲ ਰਾਤ ਦਾ ਡਿਨਰ ਸਾਡੇ ਘਰ ਕਰੂਗੀ ਮਤਲਬ ਇੰਨੀ ਇੱਜ਼ਤ ਜੀ ਸਰ ਕਦੀ ਅੱਜ ਤੱਕ ਮੈਂ ਸੁਣਿਆ ਨਹੀਂ ਹੋਊਗਾ ਵੀ ਜਲੰਧਰ ਦੇ ਰੰਗ ਮੰਚ ਨੂੰ ਮਿਲੀ ਹੋਊਗੀ ਉਹਦੇ ਤੋਂ ਬਾਅਦ ਫਿਰ ਮਤਲਬ ਕਿਉਂਕਿ ਰੁਝੇਵੇਂ ਜ਼ਿਆਦਾ ਸੀ ਔਰ ਥੋੜਾ ਜਿਹਾ ਇਹ ਵੀ ਚੱਕਰ ਆ ਕਿ ਜਲੰਧਰ ਚ ਮੀਡੀਆ ਜ਼ਿਆਦਾ ਹੋਣ ਕਰਕੇ
ਐਕਟਰਸ ਨੂੰ ਇਹ ਹੁੰਦਾ ਆ ਕਿ ਵੀ ਰੰਗਮੰਚ ਵਿੱਚੋਂ ਮਿਲਣਾ ਕੱਖ ਨਹੀਂ ਤਾੜੀਆਂ ਤੋਂ ਇਲਾਵਾ। ਚਾਹੇ ਰੇਡੀਓ ਆ, ਟੀਵੀ ਆ, ਫਿਲਮਾਂ ਨੇ, ਤੁਹਾਡਾ ਇੰਟਰਨੈਟ ਆ, ਜੋ ਵੀ ਆ, ਜਿਸ ਬੰਦੇ ਨੇ ਰੰਗਮੰਚ ਕੀਤਾ ਹੋਇਆ ਉਹ ਫਿਰ ਮਾਰ ਨੀ ਖਾਂਦਾ। ਬਿਲਕੁਲ। ਕਈ ਠੀਕ ਆ ਜਿਹੜੇ ਸਿੱਧੇ ਗਏ ਹੋਣਗੇ ਤੇ ਪਹੁੰਚ ਗਏ ਹੋਣਗੇ, ਈਵਨ ਸ਼ਾਹਰੁਖ ਖਾਨ ਵਰਗੇ ਵੀ ਰੰਗਮੰਚ ਵਿੱਚੋਂ ਗਏ। ਜੋ ਗੱਲਾਂ ਤੁਸੀਂ ਦੱਸੀਆਂ ਬਹੁਤ ਹੀ ਸਾਡੇ ਮਤਲਬ ਕੰਮ ਆਉਣ ਵਾਲੀਆਂ ਤੇ ਸਾਡੀ ਆਡੀਅੰਸ ਤੇ ਕੰਮ ਆਉਣ ਵਾਲੀ ਵੀ ਨੇ। ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਹੋਰ ਚੀਜ਼ ਪੁੱਛਣਾ ਚਾਹੂੰਗਾ ਕਿ ਜਦੋਂ ਤੁਸੀਂ ਆਪਣੀ ਰੇਡੀਓ ਲਾਈਨ ਦੇ ਵਿੱਚ ਆਏ ਸੀਗੇ ਉਹਦੇ ਵਿੱਚ ਤੁਹਾਡਾ ਕੀ ਵਰਕ ਹੁੰਦਾ ਸੀਗਾ ਅਤੇ ਕਿਵੇਂ ਕਿਵੇਂ ਉਹ ਚੱਲਦਾ ਰਿਹਾ? ਰੇਡੀਓ ਦੇ ਵਿੱਚ ਜਦੋਂ ਅਸੀਂ ਪਹੁੰਚੇ ਸੀ 86-87 ਚ, ਜੀ, ਉਦੋਂ ਜੋਬ ਤੇ ਹੁੰਦੀ ਸੀ ਕਿ ਅਨਾਊਂਸਰ ਆ ਵੀ ਤੁਸੀਂ ਬੋਲਣਾ ਇੰਨਾ ਕੀ ਹਨਾ, ਇਹ ਆਕਾਸ਼ਵਾਣੀ ਆ ਜੀ, ਹੁਣ ਪੇਸ਼ ਆ ਪ੍ਰੋਗਰਾਮ ਫਲਾਣਾ ਫੌਜੀ ਵੀਰਾਂ ਲਈ, ਲਓ ਹੁਣ ਸੁਣੋ ਲਤਾ ਮੰਗੇਸ਼ਕਰ ਦਾ ਗਾਇਆ ਗਾਣਾ, ਇਹ ਉਹ ਏਦਾਂ ਦਾ। ਪਰ ਜਿਵੇਂ ਹੀ FM ਦਾ ਕੋਨਸੈਪਟ ਆਇਆ ਜੀ, ਉਹਨੇ ਸਾਡੀਆਂ ਨੇਚਰ ਆਫ ਜੋਬ ਬਦਲ ਕੇ ਰੱਖ ਦਿੱਤੀ। ਉਹ ਕਿਵੇਂ ਮੈਂ ਦੱਸਦਾ ਕਿ ਜਿਹੜਾ ਪਹਿਲਾ ਸਟਾਈਲ ਆਫ ਬ੍ਰੌਡਕਾਸਟਿੰਗ ਸੀ ਜੀ, ਉਹ ਹੁੰਦਾ ਸੀ ਕਿ ਜਿਹੜਾ ਤੁਸੀਂ ਹੋ ਐਂਕਰ ਹੋ, ਪੇਸ਼ ਕਰਨ ਵਾਲੇ ਹੋ, ਅਨਾਊਂਸਰ ਹੋ, ਤੁਸੀਂ ਇਸ ਤਰ੍ਹਾਂ ਬੋਲਣਾ ਆ ਕਿ ਸੁਣਨ ਵਾਲੇ ਨੂੰ ਲੱਗੇ ਕਿ ਤੁਸੀਂ ਕੋਈ ਸੁਪਰ ਨੈਚੁਰਲ ਚੀਜ਼ ਹੋ ਜੀ, ਕਿ ਉਹਨਾਂ ਤੋਂ ਹਟ ਕੇ ਹੋ ਤਾਂ ਕਿ ਉਹ ਤੁਹਾਨੂੰ ਫੋਲੋ ਕਰਨ। ਫੋਲੋ ਕਰਨ ਜੀ। ਤੇ ਉਹ ਬੜਾ ਬਨੌਟੀ ਜਿਹਾ ਮੈਨੂੰ ਤੇ ਲੱਗਦਾ ਸੀ ਖਾਸ ਤੌਰ ਤੇ ਵੀ, ਹਨਾ ਥੋੜਾ ਆਈਡੀਆ ਆਹ ਹੀ ਵੀ ਹਨਾ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ, ਪੇਸ਼ੇ ਫੌਜੀ ਵੀਰਾਂ ਲਈ ਪ੍ਰੋਗਰਾਮ, ਫੌਜੀ ਵੀਰੋ ਜੈ ਹਿੰਦ, ਹਨਾ ਬੜਾ ਇਹ ਮਤਲਬ ਡਰਮੈਟਿਕ ਜਿਹਾ ਸਟਾਈਲ, ਡਰਮੈਟਿਕ ਵੀ ਤੇ ਬਲਕਿ ਮੈਂ ਤੇ ਕਹਿੰਦਾ ਸੀ ਵੀ ਰੁੱਖਾ ਜਿਹਾ, ਹਨਾ ਜੀ ਜੀ। ਉਹ FM ਆਇਆ, ਹੁਣ FM ਉਸ ਦੌਰ ਚ ਆਇਆ ਜਦੋਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਵੀ ਹੁਣ ਤੇ ਟੀਵੀ ਦਾ ਜ਼ਮਾਨਾ ਆ, ਰੇਡੀਓ ਰੂਡੀਓ ਕੌਣ ਸੁਣਦਾ, ਲੋਕਾਂ ਨੇ ਪੇਟੀਆਂ ਚ ਰੱਖਤੇ ਜੀ। ਹੁਣ FM ਇੱਥੇ ਲੱਗਾ, ਸਾਨੂੰ ਕਿਹਾ ਗਿਆ ਕਿ ਤੁਸੀਂ ਭਾਜੀ FM ਤੇ ਕੁਛ ਕਰੋ। ਓਕੇ। ਤੇ ਅਸੀਂ FM ਤੇ ਫਿਰ ਉਹਦਾ ਸਟਾਈਲ ਇਹ ਬਣਾਇਆ ਕਿ ਇਹ ਜਿਹੜਾ ਆਮ ਲੋਕਾਂ ਦੀ ਭਾਸ਼ਾ ਨਾ ਬੋਲ ਕੇ, ਕਿਤਾਬੀ ਜੀ ਭਾਸ਼ਾ ਬੋਲ ਕੇ, ਲੋਕਾਂ ਤੋਂ ਆਪਣੇ ਆਪ ਨੂੰ ਕੁਝ ਵੱਖਰਾ ਦਿਖਾ ਕੇ ਕੰਮ ਨਹੀਂ ਚੱਲਣਾ, ਲੋਕਾਂ ਦੀ ਭਾਸ਼ਾ ਲੋਕਾਂ ਵਾਂਗੂ ਬੋਲ ਕੇ ਇਸ ਤਰ੍ਹਾਂ ਦੇ ਨਾਲ ਪੇਸ਼ ਆਇਆ ਜਾਵੇ ਕਿ ਉਹਨਾਂ ਨੂੰ ਲੱਗੇ ਵੀ ਇਹ ਤੇ ਸਾਡਾ ਹੀ ਯਾਰ ਆ। ਰਾਈਟ, ਠੀਕ ਹੈ ਨਾ। ਉਹ ਸਾਰੀ ਜਿਹੜੀ ਮਿਥ ਸੀ ਪਹਿਲੇ ਹੀ ਬਣੀ ਹੋਈ ਬ੍ਰੌਡਕਾਸਟਰ ਦੀ ਉਹ ਟੁੱਟੀ ਤੇ ਗੁਦਗੁਦੀ .com ਪੈਗਾਮ, ਪੰਜਾਬ ਮੇਲ, ਪਤਾ ਨੀ ਕਿਹੜੇ ਕਿਹੜੇ ਮੈਂ ਪ੍ਰੋਗਰਾਮ ਕੀਤੇ ਤੇ ਇੰਨੇ ਸੁਪਰ ਡੁਪਰ ਹਿੱਟ ਹੋਏ ਕਿ ਮੇਰੀ ਆਵਾਜ਼ ਉਸ ਟਾਈਮ ਤੇ ਇੰਨੀ ਲੋਕਾਂ ਦੇ ਦਿਲਾਂ ਚ ਵਸ ਗਈ ਕਿ ਮੈਨੂੰ ਯਾਦ ਆ ਇੱਕ ਵਾਰੀ ਮੈਂ ਆਪਣੇ ਮਦਰ ਦੀ ਦਵਾਈ ਕੈਮਿਸਟ ਕੋਲੋਂ ਲੈਣੀ ਸੀ ਤੇ ਉੱਥੇ ਰਸ਼ ਸੀ, ਕਾਫੀ ਲੋਕੀ ਸ਼ਾਮ ਦਾ ਟਾਈਮ ਸੀ, ਦਵਾਈਆਂ ਲੈਣ ਵਾਲੇ ਖੜੇ ਸੀ,
ਮੈਂ ਕਿੰਨੀ ਦੇਰ ਪਹਿਲੇ ਚੁੱਪ ਕਰਕੇ ਖੜਾ ਰਿਹਾ ਵੀ ਸ਼ਾਇਦ ਮੇਰੇ ਵੱਲ ਦੇਖੂਗਾ, ਮੈਂ ਜਾਣਦਾ ਸੀ ਵੀ ਮੈਨੂੰ ਪਰਚੀ ਫੜ ਕੇ ਲੈ ਕੇ ਦਵਾਈ ਦੇ ਦੂਗਾ। ਉਹ ਹੁਣ ਬਿਜ਼ੀ ਸੀ, ਉਹਨੇ ਦੇਖਿਆ ਨੀ ਮੈਨੂੰ। ਅਲਟੀਮੇਟਲੀ ਇੰਨਾ ਹੀ ਮੈਂ ਕਿਹਾ ਕਿ ਭਾਜੀ ਆ ਮੈਨੂੰ ਵੀ ਦਵਾਈ ਦੇ ਦਿਓ। ਔਰ ਉਹ ਜਿੰਨੇ ਲੋਕੀ ਖੜੇ ਸੀ ਉਹ ਆਪਣੀਆਂ ਦਵਾਈਆਂ ਚ ਹੋਏ ਸੁਖੀ ਹੋਏ ਸੁਖੀ ਮੇਰੇ ਪਿੱਛੇ ਤੁਰ ਪਏ ਕੱਲੀ ਆਵਾਜ਼ ਤੋਂ। ਰੇਡੀਓ ਪ੍ਰੋਗਰਾਮ ਦੇ ਜ਼ਰੀਏ ਹਿੰਦੁਸਤਾਨ ਤੇ ਪਾਕਿਸਤਾਨ ਦੇ ਮੁੰਡੇ ਕੁੜੀਆਂ ਦੇ ਵਿਆਹ ਕਰਵਾਏ ਹੋਏ ਆ। ਮੈਂ ਰੇਡੀਓ ਪ੍ਰੋਗਰਾਮ ਦੇ ਜ਼ਰੀਏ ਜਿਹਨੂੰ ਕਹਿ ਲੋ ਵਿਹਲੜ ਮੁੰਡਿਆਂ ਨੂੰ ਆਰਮੀ ਚ ਭਰਤੀ ਕਰਵਾਇਆ ਹੋਇਆ। ਕਿਆ ਬਾਤ ਹੈ ਸਰ ਜੀ, ਕਿੱਸਾ ਵੀ ਸੁਣਾ ਦਿੰਦਾ। ਹਾਂਜੀ ਜ਼ਰੂਰ ਜ਼ਰੂਰ ਸਰ। ਇਹ ਕਿੱਸਾ ਮੇਰੇ ਬਹੁਤ ਦਿਲ ਦੇ ਕਰੀਬ ਆ ਜੀ। ਮੈਂ ਪ੍ਰੋਗਰਾਮ ਕਰਦਾ ਪਿਆ ਸੀ, ਇੱਕ ਰੂਟੀਨ ਚ ਫੋਨ ਆ ਗਿਆ, ਕਹਿੰਦਾ ਜੀ ਗਾਣਾ ਸੁਣਾ ਦੋ। ਮੈਂ ਕਿਹਾ ਕਿਹੜਾ ਗਾਣਾ ਸੁਣਨਾ? ਕਹਿੰਦਾ ਸੁਣਾ ਦੋ ਕੋਈ ਪਿਆਰ ਪਿਊਰ ਵਾਲਾ। ਮੈਂ ਕਿਹਾ ਦਿਨ ਚ ਕਿੰਨੇ ਟਾਈਮ ਭਾਜੀ ਗਾਣੇ ਸੁਣਦੇ ਹੋ? ਕਹਿੰਦਾ ਸੁਣੀ ਜਾਈਦੇ ਜੀ ਸਾਰਾ ਦਿਨ। ਮਤਲਬ ਉਹਦੀਆਂ ਗੱਲਾਂ ਤੋਂ ਹੀ ਲੱਗ ਰਿਹਾ ਸੀ ਵੀ ਇਹ ਵਿਹਲੜ ਆ। ਮੈਂ ਕਿਹਾ ਸਾਰਾ ਦਿਨ ਫਿਰ ਪਿਆਰ ਵਾਲੇ ਗਾਣੇ ਸੁਣਦਾ? ਕਹਿੰਦਾ ਹਾਂ। ਮੈਂ ਕਿਹਾ ਵਿੱਚੋਂ ਦੇਸ਼ ਪਿਆਰ ਵਾਲੇ ਕਿੰਨੀ ਦੇਰ ਸੁਣਦਾ? ਉਹ ਬੰਦਾ ਫੋਨ ਕੱਟ ਗਿਆ। ਅੱਛਾ ਜੀ। ਮੈਂ ਅੱਗੇ ਪ੍ਰੋਗਰਾਮ ਕਰਨ ਲੱਗ ਪਿਆ। ਉਹਦੇ ਤੋਂ ਕੁਛ ਦਿਨ ਬਾਅਦ ਸਾਡੇ ਸਿਕਿਉਰਿਟੀ ਗਾਰਡ ਗੇਟ ਤੋਂ ਆਇਆ, ਕਹਿੰਦਾ ਸੁਖੀ ਸਰ ਬਾਹਰ ਤੁਹਾਨੂੰ ਕੋਈ ਮਿਲਣ ਆਏ। ਮੈਂ ਕਿਹਾ ਕੌਣ? ਕਹਿੰਦਾ ਇੱਕ ਫੌਜੀ ਸਾਹਿਬ ਨੇ ਤੇ ਇੱਕ ਬਜ਼ੁਰਗ ਮਾਤਾ ਆ। ਅੱਛਾ ਜੀ। ਮੈਂ ਕਿਹਾ ਸਾਡੇ ਹੁਣ ਕੋਈ ਰਿਸ਼ਤੇਦਾਰ ਤੇ ਹੈ ਨੀ, ਚਲੋ ਦੇਖ ਆਨੇ। ਮੈਂ ਜਾ ਕੇ ਉੱਥੇ ਰਿਸੈਪਸ਼ਨ ਤੇ ਮੈਂ ਕਿਹਾ ਹਾਂਜੀ ਦੱਸੋ ਜੀ। ਤੇ ਉਹਦੇ ਹੱਥ ਚ ਮਠਿਆਈ ਦਾ ਡੱਬਾ ਫੌਜੀ ਦੇ, ਤੇ ਉਹਨੇ ਮੈਨੂੰ ਫੜਾ ਕੇ ਕਹਿੰਦਾ ਜੀ ਤੁਸੀਂ ਤੇ ਨਹੀਂ ਪਛਾਣਿਆ, ਤੇ ਮੇਰੀ ਕਹਾਣੀ ਮੇਰੀ ਦਾਦੀ ਦੱਸੂ, ਦਾਦੀ ਨੂੰ ਨਾਲ ਲੈ ਕੇ ਆਇਆ। ਅੱਛਾ ਜੀ। ਦਾਦੀ ਕਹਿੰਦੀ ਪੁੱਤਰ ਜਦੋਂ ਇਹਨੇ ਫੋਨ ਕੀਤਾ ਸੀ ਨਾ ਤੇ ਤੁਸੀਂ ਕਿਹਾ ਵੀ ਦੇਸ਼ ਪਿਆਰ ਦੇ ਕਿੰਨੀ ਦੇਰ ਸੁਣਦਾ, ਤੇ ਇਹਨੂੰ ਬੜਾ ਗੁੱਸਾ ਲੱਗਾ ਤੇ ਪੂਰਾ ਦਿਨ ਜਿਹੜਾ ਇਹਨੇ ਨਾ ਰੋਟੀ ਖਾਧੀ ਤੇ ਨਾ ਸਾਨੂੰ ਬੁਲਾਇਆ, ਅੰਦਰ ਹੀ ਵੜਿਆ ਰਿਹਾ ਜੀ। ਐਂਡ ਫਾਈਨਲੀ ਸਾਨੂੰ ਦੱਸੇ ਬਿਨਾ ਤੜਕੇ ਟ੍ਰੇਨਿੰਗ ਚਲਾ ਗਿਆ ਤੇ ਜਲੰਧਰ ਕੈਂਟ ਆ ਕੇ ਭਰਤੀ ਹੋ ਗਿਆ। ਤੇ ਹੁਣ ਇਹ ਟ੍ਰੇਨਿੰਗ ਤੇ ਚੱਲਿਆ ਸੀ। ਅੱਛਾ ਜੀ। ਤੇ ਕਹਿੰਦਾ ਦਾਦੀ ਤੂੰ ਨਾਲ ਚੱਲ ਵੀ ਮੈਂ ਸੁਖੀ ਸਾਹਿਬ ਦੇ ਪੈਰੀ ਹੱਥ ਲਾ ਕੇ ਤੇ ਫੇਰ ਜਾਣਾ, ਉਹਨਾਂ ਨੇ ਮੇਰੀ ਜ਼ਿੰਦਗੀ ਮੋੜ ਬਦਲਤੀ ਹੈ। ਸਹੀ ਗੱਲ ਹੈ। ਰੇਡੀਓ ਦਾ ਇੰਨਾ ਵੱਡਾ ਰੋਲ ਜਿਹੜਾ ਉਹ ਹੈਗਾ, ਇਸੇ ਕਰਕੇ ਕਹਿੰਦਾ ਕਿ ਉਹ ਜਿਹੜਾ ਸਰਮਾਇਆ ਬੁਝਾਰਤਾਂ ਦੇ ਟੰਗ ਟਵਿਸਟਰਸ ਦੇ ਰੂਪ ਚ ਲੋਕਾਂ ਨੇ ਇੰਨਾ ਇਕੱਠਾ ਮੈਨੂੰ ਕਰਾ ਦਿੱਤਾ, ਉਹ ਹੁਣ ਮੈਂ ਕਿਤਾਬ ਦੇ ਰੂਪ ਚ ਲੋਕਾਂ ਨੂੰ ਹੀ ਦੇ ਕੇ ਜਾਊਂਗਾ, ਮਰੂੰਗਾ। ਕੀ ਬਾਤ ਹੈ ਸਰ। ਬਿਲਕੁਲ ਬਿਲਕੁਲ। ਜਿੱਦਾਂ ਹੁਣ ਸਮਾਂ ਚੇਂਜ ਹੋ ਗਿਆ ਹੈ, ਪਹਿਲਾਂ ਰੇਡੀਓ ਹੁੰਦਾ ਸੀਗਾ, ਹੁਣ ਟੀਵੀ ਆਇਆ ਸੀਗਾ, ਟੀਵੀ ਤੋਂ ਬਾਅਦ ਹੁਣ ਮੋਬਾਈਲਾਂ ਤੇ ਹੋ ਗਏ ਜਨਤਾ, ਇਹ ਬਦਲਦੇ ਦੌਰ ਨੂੰ ਤੁਸੀਂ ਕੀ ਮੰਨ ਰਹੇ ਹੋ ਕਿ ਇਹ ਵਧੀਆ ਹੈ ਜਾਂ ਫਿਰ ਕਿਸ ਗਲਤ ਸਾਈਡ ਨੂੰ ਜਾ ਰਿਹਾ ਹੈ, ਕੀ ਚੀਜ਼ ਮੰਨਦੇ ਹੋ? ਮੈਂ ਇਹ ਮੰਨਦਾ ਹਾਂ ਕਿ ਵੈਸੇ ਤੇ ਬੜੀ ਵੱਡੀ ਕ੍ਰਾਂਤੀ ਹੈ ਕਿ ਪੂਰੀ ਦੁਨੀਆਂ ਨੂੰ ਅਸੀਂ ਮੁੱਠੀ ਚ ਕੈਦ ਕਰ ਲਿਆ। ਤਰੱਕੀ
ਤਰੱਕੀ ਹੋ ਗਈ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗਿਆਨ ਕੁਛ ਵੀ ਅਸੀਂ ਸਿੱਖਣਾ ਚਾਹੁੰਦੇ ਹਾਂ, ਕਿਸੇ ਚੀਜ਼ ਬਾਰੇ ਜਾਣਨਾ ਚਾਹੁੰਦੇ ਹਾਂ, ਤੇ ਬੜਾ ਆਸਾਨ ਹੋ ਗਿਆ, ਬਹੁਤ ਈਜ਼ੀ ਹੋ ਗਿਆ ਜੀ, ਮਿੰਟਾਂ ਸਕਿੰਟਾਂ ਦਾ ਕੰਮ। ਹਾਂ, ਪਰ ਜਦੋਂ ਹੁਣ ਦੇਖਦੇ ਹਾਂ ਕਿ ਇਨਸਾਨੀ ਫਿਤਰਤ ਐਸੀ ਹੁੰਦੀ ਆ ਜੀ ਕਿ ਅਸੀਂ ਬੁਰਾਈ ਵੱਲ ਨੂੰ ਜ਼ਿਆਦਾ ਅਟਰੈਕਟ ਹੁੰਦੇ ਹਾਂ ਜੀ, ਤੇ ਉਹ ਹੀ ਮੋਬਾਈਲ ਫੋਨ ਦਾ ਜਦੋਂ ਜਾਂ ਇੰਟਰਨੈਟ ਦਾ ਅਸੀਂ ਜਦੋਂ ਗਲਤ ਪਾਸੇ ਨੂੰ ਇਸਤੇਮਾਲ ਸ਼ੁਰੂ ਕਰ ਦਿੰਦੇ ਹਾਂ, ਕ੍ਰਾਈਮ ਵਾਲੇ ਪਾਸੇ, ਆਪਣੇ ਕਹਿ ਲਓ ਸੈਕਸ ਵਾਲੇ ਪਾਸੇ, ਈਵਨ ਮਤਲਬ ਐਕਸਟ੍ਰੀਮਿਜ਼ਮ ਵਾਲੇ ਪਾਸੇ, ਲੜਾਈਆਂ ਵਾਲੇ ਪਾਸੇ, ਸੋ ਜਿਹੜੀਆਂ ਸਾਡੀਆਂ ਵੈਲਿਊਜ਼ ਨੇ, ਸਾਡੀਆਂ ਕਦਰਾਂ ਕੀਮਤਾਂ ਨੇ, ਜਿਹੜੀਆਂ ਇੱਕ ਮਰਿਆਦਾ ਦੀ ਲੀਕ ਸੀ ਸਾਡੇ ਆਪਣੇ ਹਿੰਦੁਸਤਾਨੀ ਸਮਾਜ ਦੀ, ਉਹਨੂੰ ਬਹੁਤ ਢਾਅ ਲੱਗਦੀ ਪਈ ਹੈ। ਉਹਦਾ ਕਾਰਨ ਇਹ ਹੈ ਕਿ ਇੰਟਰਨੈਟ ਦੇ ਉੱਤੇ ਇੰਨੀ ਕੁ ਆਜ਼ਾਦੀ ਮਿਲ ਗਈ ਤੁਹਾਨੂੰ ਕਿ ਮੈਂ ਦੇਖਦਾ ਛੋਟੀਆਂ ਛੋਟੀਆਂ ਬੱਚੀਆਂ ਛੋਟੇ ਛੋਟੇ ਜੇ ਕੱਪੜੇ ਪਾ ਕੇ ਤੇ ਇੰਨੀ ਵਲਗਰ ਲੈਂਗੁਏਜ ਇਸਤੇਮਾਲ ਕਰਕੇ ਆਪਣੇ ਆਪ ਨੂੰ ਮਸ਼ਹੂਰ ਕਰਨ ਦੇ ਚੱਕਰ ਚ, ਜਾਂ ਕਹਿ ਲਓ ਪੈਸੇ ਕਮਾਉਣ ਦੇ ਚੱਕਰ ਚ ਵੀ ਸਾਨੂੰ ਯੂਟਿਊਬ ਤੋਂ ਫੇਸਬੁੱਕ ਤੋਂ ਪੈਸੇ ਮਿਲਣਗੇ, ਇੰਨਾ ਕੁ ਉਹਨਾਂ ਨੇ ਆਪਣਾ ਵੀ ਸਮਾਜ ਦਾ ਵੀ ਮਿਆਰ ਗਰਕਾ ਦਿੱਤਾ ਆ, ਤੇ ਉਹਨੂੰ ਦੇਖਾ ਦੇਖੀ ਜਿਹੜਾ ਹੈ ਫਿਰ ਉਹ ਕਹਿ ਲਓ ਕਿ ਫੈਲਦਾ ਹੈਜੇ ਵਾਂਗੂ, ਆਸਾਨ ਤਰੀਕੇ ਨਾਲ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਆਪਣੇ ਆਪ ਨੂੰ ਹੀ, ਬਿਲਕੁਲ ਆਪਣੇ ਆਪ ਨੂੰ ਵੀ, ਆਪਣੇ ਸਮਾਜ ਨੂੰ ਵੀ, ਆਪਣੀਆਂ ਕਦਰਾਂ ਕੀਮਤਾਂ ਵੈਲਿਊਜ਼ ਨੂੰ ਵੀ ਖੋਰਾ ਲਾਉਂਦੇ ਪਏ ਨੇ, ਉਹ ਖਤਰਨਾਕ ਆ ਸਮਾਜ ਲਈ। ਹੁਣ ਮਤਲਬ ਕੋਈ ਪਾਬੰਦੀ ਹੋਈ ਨੀ, ਤੁਸੀਂ ਬੈਠੇ ਆਰਾਮ ਨਾਲ ਯੂਟਿਊਬ ਤੋਂ ਇਹ ਸਿੱਖ ਸਕਦੇ ਹੋ ਵੀ ਬੰਬ ਕਿੱਦਾਂ ਬਣਾਈ ਦਾ, ਬਿਲਕੁਲ, ਤੇ ਉਹ ਕੋਈ ਚੰਗੀ ਗੱਲ ਥੋੜੀ ਆ, ਬਿਲਕੁਲ, ਤੁਸੀਂ ਬੰਬ ਬਣਾਉਣਾ ਸਿੱਖੋਗੇ ਤੇ ਉਹਨੂੰ ਫਿਰ ਚਲਾਓਗੇ ਵੀ, ਉਹ ਲੋਕਾਂ ਨੂੰ ਮਾਰੋਗੇ ਵੀ, ਰਾਈਟ ਰਾਈਟ, ਤੇ ਉਧਰ ਨੂੰ ਧਿਆਨ ਜਾਂਦਾ ਵੀ ਜਲਦੀ ਹੈ, ਇੱਕ ਗਿਟਾਰ ਕਿੱਦਾਂ ਬਣਦੀ, ਇੱਕ ਸਿਤਾਰ ਕਿੱਦਾਂ ਬਣਦੀ, ਇੱਕ ਵਾਇਲਨ ਕਿੱਦਾਂ ਬਣਦੀ, ਇਹ ਸ਼ਾਇਦ ਕੁਛ ਲੋਕ ਹੀ ਸਿੱਖਣ ਜਾਂਦੇ ਹੋਣ, ਪਰ ਇਹੋ ਜਿਹੀਆਂ ਪੁੱਠੀਆਂ ਚੀਜ਼ਾਂ ਕਿੱਦਾਂ ਬਣਦੀਆਂ ਜੀ। ਮੈਂ ਆਪਣੇ ਅਗਰ ਮਤਲਬ ਦੱਸਾਂ ਨਾ ਕਿ ਮੇਰੇ ਅਕੋਰਡਿੰਗ ਜੋ ਮੈਂ ਹੁਣ ਤੱਕ ਦੇਖਿਆ, ਜਦੋਂ ਅਸੀਂ ਕੁਛ ਵੀ ਨੈੱਟ ਤੇ ਰੀਡ ਕਰੀਦਾ ਉਹ ਹੁੰਦਾ ਥੋੜਾ ਲੰਬੇ ਟਰਮ ਵਾਲੀ ਚੀਜ਼ ਜਾਂ ਔਖੀ ਚੀਜ਼, ਜਦੋਂ ਅਸੀਂ ਉਹਨੂੰ ਪੜ੍ਹੀਦਾ ਜਾਂ ਉਹਨੂੰ ਸਮਝੀਦਾ ਉਹਨੂੰ ਟਾਈਮ ਲੱਗਦਾ ਜਦੋਂ ਕਿ ਰਿਜ਼ਲਟ ਆਉਣਾ, ਬਟ ਅੱਜ ਕੱਲ ਦੇ ਜੋ ਬੱਚੇ ਨੇ ਜੋ ਸਾਡੀ ਏਜ ਦੇ ਨੇ ਉਹਨਾਂ ਦੇ ਵਿੱਚ ਇੰਨਾ ਕੁ ਡੋਪਾਮਾਈਨ ਘੱਟ ਚੁੱਕਾ ਹੈ ਕਿ ਉਹ ਜਦੋਂ ਕੋਈ ਵੀ ਚੀਜ਼ ਨੂੰ ਕੈਚ ਕਰਦੇ ਨਾ ਉਹਨਾਂ ਨੂੰ ਰਿਜ਼ਲਟ ਨਾਲ ਦੀ ਨਾਲ ਚਾਹੀਦਾ ਹੈ, ਇਹ ਚੀਜ਼ ਦੇ ਪਿੱਛੇ ਕੀ ਕਾਰਨ ਹੋ ਸਕਦਾ ਸਾਡੇ ਹਿਸਾਬ ਨਾਲ? ਇਹਦਾ ਕਾਰਨ ਮੈਂ ਤੇ ਇਹੀ ਗੱਲ ਸਮਝਦਾ ਨਾ ਕਿ ਹੁਣ ਤੁਸੀਂ ਇਹ ਦੇਖੋ ਜੀ ਕਿ ਪਿਛਲੇ ਜ਼ਮਾਨੇ ਚ ਜਦੋਂ ਟਾਵੀਂ ਟਾਵੀਂ ਪਿੰਡਾਂ ਚ ਕੋਈ ਬੱਸ ਜਾਂਦੀ ਸੀ ਜਾਂ ਵੱਧ ਤੋਂ ਵੱਧ ਲੋਕੀ ਸਾਈਕਲ ਤੇ ਜਾਂਦੇ ਸੀ ਜਾਂ ਪੈਦਲ ਊਠਾਂ ਤੇ ਘੋੜਿਆਂ ਤੇ ਜਾਂਦੇ ਹੋਣਗੇ, ਤੇ ਉਹਨਾਂ ਚ ਪੇਸ਼ੈਂਸ ਲੈਵਲ ਉਸ ਸਟੈਂਡਰਡ ਦਾ ਸੀ ਕਿ ਪਤਾ ਆ ਕਿ ਵੀ ਉਹਨੂੰ ਭੈਣ ਨੂੰ ਲੈਣ ਚੱਲਿਆ ਭਰਾ ਤੇ ਉਹਨੂੰ ਪਤਾ ਵੀ ਮੈਨੂੰ ਦੋ ਦਿਨ ਰਾਹ ਚ ਲੱਗਣੇ ਆ ਤੇ ਉਸ ਤੋਂ ਬਾਅਦ ਇੱਕ ਰਾਤ ਉੱਥੇ ਰਹੂੰਗਾ ਤੇ ਫਿਰ ਭੈਣ ਨੂੰ ਲੈ ਕੇ ਦੋ ਦਿਨ ਮੈਨੂੰ ਵਾਪਸ ਘੋੜੇ ਤੇ ਊਠ ਤੇ ਸਾਈਕਲ ਤੇ ਜਿਹਦੇ ਤੇ ਵੀ ਉਹਨੇ ਆਉਣਾ ਜਾਂ ਪੈਦਲ। ਉਹ ਜਿਵੇਂ ਜਿਵੇਂ ਰਫਤਾਰ ਵੱਧਦੀ ਗਈ ਨਾ, ਟੈਕਨੋਲੋਜੀ ਵੱਧਦੀ ਗਈ, ਹੁਣ ਇੰਟਰਨੈਟ ਟਕ 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 ਪੂਰੀ ਦੁਨੀਆਂ ਚ ਤੁਹਾਡੇ ਕੋਲ ਮੈਸੇਜ ਆ ਜਾਂਦੇ ਆ, ਫਿਲਮਾਂ ਆ ਜਾਂਦੀਆਂ,
ਕੁਛ ਵੀ ਆ ਜਾਂਦਾ ਉਵੇਂ ਉਵੇਂ ਉਹ ਤੁਹਾਡੀ ਕਹਿ ਲਓ ਕਿ ਪੇਸ਼ੈਂਸ ਲੈਵਲ ਘਟਦਾ ਗਿਆ ਜੀ। ਔਰ ਇਸ ਜਨਰੇਸ਼ਨ ਨੂੰ ਉਹ ਜਿਹੜਾ ਟਰਾਂਸਫਾਰਮੇਸ਼ਨ ਸੀ ਉਹ ਦੇਖਣ ਦਾ ਮੌਕਾ ਨਹੀਂ ਮਿਲਿਆ। ਅਸੀਂ ਦੇਖੀ ਜੀ 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 ਅਸੀਂ ਪੁਰਾਣਾ ਦੌਰ ਵੀ ਦੇਖਿਆ ਵੀ ਜਦੋਂ ਨਵੇਂ ਨਵੇਂ ਟੀਵੀ ਆਏ ਤੇ ਉਹਦਾ ਐਂਟੀਨਾ ਘੁਮਾ ਘੁਮਾ ਕੇ ਮਸੀ ਸੈੱਟ ਕਰਨਾ ਵੀ ਲਹਿਰਾਂ ਆ ਗਈਆਂ ਫੇਰ ਚੜੋ ਕੋਠੇ ਤੇ ਫੇਰ ਉਹਨੂੰ ਸੈੱਟ ਕਰੋ। ਉਹ ਜਦੋਂ ਸਾਰੀਆਂ ਚੀਜ਼ਾਂ ਇਹਨਾਂ ਨੂੰ ਜੰਮਦੇ ਬੱਚੇ ਨੂੰ ਤੇ ਅੱਜ ਕੱਲ ਮਾਵਾਂ ਵੀ ਰੋਂਦਾ ਇਹਨੂੰ ਮੋਬਾਈਲ ਫੜਾ ਦੋ ਰਾਈਟ ਕਾਰਟੂਨ ਲਾ ਦੋ ਉਹਦੇ ਤੇ ਦੇਖ ਕੇ ਚੁੱਪ ਕਰ ਜਾਂਦਾ ਹੋ ਰਿਹਾ ਸਰ ਤੇ ਉਹ ਉਹਨਾਂ ਨੂੰ ਲੱਗਦਾ ਹੈ ਕਿ ਇਹੀ ਲਾਈਫ ਆ ਤੇ ਇਸੇ ਰਫਤਾਰ ਦੇ ਨਾਲ ਹੀ ਚੱਲਣਾ ਚਾਹੀਦਾ ਬਲਕਿ ਇਹ ਤੋਂ ਤੇਜ਼ ਚੱਲੇ ਤਾਂ ਹੀ ਤੇ 1G 2G 3G 4G 5G 6G ਪਤਾ ਨਹੀਂ ਕਿੰਨੀਆਂ ਕੁ ਜੀ ਔਰ ਜੀ ਨੂੰ ਜੀ ਨਹੀਂ ਕੋਈ ਕਹਿਣ ਨੂੰ ਤਿਆਰ। ਹਾਂਜੀ ਹਾਂਜੀ ਆਪਣੇ ਜੀ ਭੁੱਲੀ ਜਾਂਦੇ ਆ ਮੋਬਾਈਲ ਦੇ ਜੀ ਜਿਹੜੇ ਉਹ ਰਾਈਟ ਸਰ। ਚਲੋ ਮੈਂ ਆਪਣੀ ਆਡੀਅੰਸ ਨੂੰ ਵੀ ਕਹਿ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਅਗਰ ਪੋਡਕਾਸਟ ਇਹ ਵਾਲਾ ਦੇਖੋਗੇ ਟਾਈਮ ਜ਼ਰੂਰ ਲੱਗੇਗਾ ਤੁਹਾਨੂੰ ਸਮਝਣ ਨੂੰ ਪਰ ਇਹ ਹੈ ਕਿ ਤੁਹਾਨੂੰ ਸਿੱਖਣ ਨੂੰ ਬਹੁਤ ਕੁਛ ਮਿਲੇਗਾ ਇਸ ਪੋਡਕਾਸਟ ਵਿੱਚੋਂ। ਸੋ ਮੇਰੀ ਅਪੀਲ ਇਹੀ ਹੈ ਕਿ ਤੁਸੀਂ ਇਸ ਪੋਡਕਾਸਟ ਨੂੰ ਪੂਰਾ ਦੇਖਿਓ ਤਾਂ ਜੋ ਸਰ ਨੇ ਜੋ ਗੱਲਾਂ ਤੁਹਾਨੂੰ ਦਿਲ ਤੋਂ ਕਹੀਆਂ ਨੇ ਜੋ ਤੁਹਾਨੂੰ ਸਮਝਣ ਨੂੰ ਹੋ ਸਕਦਾ ਜ਼ਰੂਰ ਟਾਈਮ ਲੱਗੇ ਪਰ ਤੁਹਾਨੂੰ ਇੱਕ ਵਾਰ ਜ਼ਰੂਰ ਦੇਖਣਾ ਚਾਹੀਦਾ ਟਾਈਮ ਕੱਢ ਕੇ। ਜੀ ਸਰ ਹੁਣ ਤੱਕ ਜੋ ਆਪਣਾ ਪੋਡਕਾਸਟ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਹੈ ਤੇ ਇਹਦੇ ਨਾਲ ਮੈਂ ਤੁਹਾਨੂੰ ਇੱਕ ਤੁਹਾਡੀ ਪਰਸਨਲ ਲਾਈਫ ਦਾ ਸਵਾਲ ਪੁੱਛੂਗਾ ਜੀ। ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੀ ਫੈਮਿਲੀ ਦੇ ਵਿੱਚ ਫਿਲਹਾਲ ਕੌਣ ਕੌਣ ਹੈ ਸਰ? ਮੇਰੀ ਫੈਮਿਲੀ ਚ ਜੀ ਮੇਰੀ ਮਾਤਾ ਜੀ ਨੇ, ਮੇਰੇ ਮਦਰ ਜੀ, ਮੇਰੀ ਵਾਈਫ ਹੈ ਜੀ, ਦੋ ਬੇਟੇ ਨੇ। ਓਕੇ ਸਰ। ਇੱਕ ਇੱਥੇ ਜਲੰਧਰ ਚ ਹੀ ਰਹਿੰਦਾ ਜੀ, ਇੱਕ ਆਸਟ੍ਰੇਲੀਆ ਆ। ਓਕੇ ਸਰ। ਵੱਡੇ ਦਾ ਜਿਹੜਾ ਵਿਆਹ ਕਰਤਾ ਉਹਦੀ ਵਾਈਫ ਹੈ, ਉਹ ਟੀਚਰ ਆ। ਓਕੇ ਸਰ। ਸਾਡੀ ਮਤਲਬ ਸਾਰੀ ਫੈਮਿਲੀ ਪੜ੍ਹਾਈ ਲਿਖਾਈ ਵੱਲ ਜ਼ਿਆਦਾ ਸਾਡਾ ਰੁਝਾਨ ਜੀ ਜੀ ਜੀ। ਓਕੇ ਸਰ, ਇਹਦੇ ਨਾਲ ਹੀ ਮੈਂ ਤੁਹਾਨੂੰ ਪੁੱਛੂਗਾ ਕਿ ਸਾਨੂੰ ਜਦੋਂ ਆਪਾਂ ਆਫ ਦੇ ਕੈਮਰਾ ਬੈਠੇ ਸੀਗੇ ਤਾਂ ਆਪਾਂ ਇੱਕ ਗੱਲ ਕਰ ਰਹੇ ਸੀ, ਤੁਹਾਡੇ ਪਿਛਲੇ ਜਨਮ ਦੀ ਤੁਹਾਨੂੰ ਯਾਦ ਸੀ ਮੈਮਰੀਜ਼, ਕੀ ਆਪਾਂ ਉਹ ਸ਼ੇਅਰ ਕਰ ਸਕਦੇ ਹਾਂ? ਹਾਂ, ਸ਼ੇਅਰ ਕਰਨ ਨੂੰ ਮਤਲਬ ਇਹਦੇ ਚ ਕੋਈ ਲੁਕਾਉਣ ਵਾਲੀ ਗੱਲ ਵੀ ਨਹੀਂ, ਪਰ ਬੀਇੰਗ ਐਜੂਕੇਟਡ ਪਰਸਨ, ਪੜ੍ਹੇ ਲਿਖੇ ਹੋਣ ਦੇ ਨਾਤੇ ਜੀ ਤੇ ਖੁਦ ਤਰਕਸ਼ੀਲ ਹੋਣ ਦੇ ਨਾਤੇ ਮਤਲਬ ਮੰਨਣ ਨੂੰ ਦਿਲ ਨਹੀਂ ਕਰਦਾ, ਪਰ ਕਿਉਂਕਿ ਆਪਣੇ ਤੇ ਬੀਤੀ ਹੋਈ ਆ ਤੇ ਉਹ ਕਹਾਣੀ ਅੱਜ ਤੱਕ ਯਾਦ ਆ, ਇਸ ਕਰਕੇ ਸੁਣਾ ਵੀ ਦੇਣਾ ਮੈਂ, ਪਰ ਕੋਸ਼ਿਸ਼ ਇਹ ਕਰਦਾ ਹੁੰਦਾ ਕਿ ਵੀ ਜ਼ਿਆਦਾ ਖਲਾਰਾ ਨਾ ਪਾਇਆ ਜਾਵੇ ਕਿਉਂਕਿ ਐਵੀ ਇਹਦੇ ਨਾਲ ਅੰਧ ਵਿਸ਼ਵਾਸ ਫੈਲਦੇ ਆ, ਤੇ ਇਹੀ ਨਾ ਹੋਵੇ ਵੀ ਲੋਕੀ ਮੈਨੂੰ ਵੀ ਬਾਬਾ ਸਮਝ ਕੇ ਮੱਥਾ ਟੇਕਣ ਲੱਗ ਜਾਣ। ਅੱਜ ਕੱਲ ਜਨਤਾ ਇਸ ਚੀਜ਼ ਨੂੰ ਵੀ ਬਿਲੀਵ ਕਰਦੀ ਹੈ ਕਿ ਹਾਂ ਵੀ ਇਹ ਚੀਜ਼ਾਂ ਹੁੰਦੀਆਂ, ਅੰਧ ਵਿਸ਼ਵਾਸ ਨਾਲ ਨਹੀਂ ਸਾਇੰਟੀਫਿਕਲੀ। ਬਿਲਕੁਲ ਸਾਇੰਟੀਫਿਕਲੀ ਏਦਾਂ ਹੈ ਕਿ ਮੇਰਾ ਜਿਹੜਾ ਇਸ ਵਾਰੀ ਦਾ ਜਨਮ ਸੀ ਉਹ ਸਵਾਈ ਮਾਧੋਪੁਰ ਰਾਜਸਥਾਨ ਚ ਹੋਇਆ ਸੀ। ਠੀਕ ਹੈ। ਕਿਉਂਕਿ ਮੇਰੇ ਨਾਨਾ ਜੀ ਉੱਥੇ ਸਵਾਈ ਮਾਧੋਪੁਰ ਚ ਸੀਮੈਂਟ ਫੈਕਟਰੀ ਹੁੰਦੀ ਸੀ ਉੱਥੇ, ਹੁਣ ਦਾ ਜਨਮ ਦੀ ਗੱਲ ਹੈ। ਹਾਂ ਜੀ, SDO ਸੀ ਤੇ ਜੀ ਜਨੇਪੇ ਲਈ ਮੇਰੀ ਮੰਮੀ ਉੱਥੇ ਗਈ ਤੇ ਉੱਥੇ ਮੈਂ ਪੈਦਾ ਹੋ ਕੇ ਤੇ ਵਾਪਸ ਪੰਜਾਬ ਆ ਗਿਆ ਜੀ। ਮੇਰੇ ਫਾਦਰ ਮੈਂ ਦੱਸਿਆ ਬਿਜਲੀ ਬੋਰਡ ਚ ਸੀ, ਬਦਲੀਆਂ ਹੁੰਦੀਆਂ ਰਹਿੰਦੀਆਂ, ਉਹਨਾਂ ਦੀ ਬਦਲੀ ਗੁਰਦਾਸਪੁਰ ਹੋਈ, ਅਸੀਂ ਵੀ ਚਲੇ ਗਏ। ਮੈਂ ਬਿਲਕੁਲ ਛੋਟਾ ਜਿਹਾ ਸੀ, ਢਾਈ ਪੌਣੇ ਕੁ ਤਿੰਨ ਸਾਲ ਦਾ ਜੀ। ਤੇ ਜਦੋਂ ਬੱਚੇ ਨੂੰ ਤੋਤਲਾ ਜਿਹਾ ਬੋਲਦਾ ਤੇ ਪੁੱਛਦੇ ਹੁੰਦੇ ਨਾ, ਸਪੈਸ਼ਲੀ ਕੋਈ ਰਿਸ਼ਤੇਦਾਰ ਆ ਜਾਵੇ, ਇੱਧਰ ਆਵੇ,
ਹੈਨਾ ਤੇਰੇ ਤੇਰਾ ਨਾਂ ਕੀ ਹੈ, ਤੇਰੇ ਡੈਡੀ ਦਾ ਨਾਂ ਕੀ ਹੈ, ਤੇਰੀ ਮੰਮੀ ਦਾ ਨਾਂ ਕੀ ਹੈ, ਪੋਇਮ ਸੁਣਾ ਜੋ ਚੱਲਦਾ ਸਵਾਲ ਹੁੰਦੇ ਜੀ, ਉਹ ਮੈਂ ਸਾਰੇ ਪਿਛਲੇ ਜਨਮ ਵਾਲੇ ਦੱਸਦਾ ਸੀ। ਅੱਛਾ ਜੀ। ਤੇ ਇਹ ਟੋਕਦੇ ਸੀ ਨਹੀਂ ਏਦਾਂ ਨੀ ਆਪਣੇ ਫਾਦਰ ਦਾ ਆਹ ਤੇਰੇ ਫਾਦਰ ਦਾ ਨਾਮ ਹੈ, ਕਹਿੰਦਾ ਸੀ ਨਹੀਂ। ਤੁਸੀਂ ਆਪਣਾ ਨਾਮ ਵੀ ਪਿਛਲੇ ਜਨਮ ਵਾਲਾ? ਹਾਂ। ਕੀ ਲੈਂਦੇ ਸੀਗੇ ਪਤਾ ਨੀ, ਹੁਣ ਨੀ ਮੈਨੂੰ ਯਾਦ ਨਹੀਂ ਆ, ਪੁਰਾਣੇ ਬਹੁਤ ਸਾਰੀਆਂ ਗੱਲਾਂ ਹੌਲੀ ਹੌਲੀ ਵਕਤ ਦੇ ਨਾਲ ਮਿਟ ਗਈਆਂ। ਜੀ 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 ਸਰ। ਪਰ ਮੈਨੂੰ ਯਾਦ ਆ ਵੀ ਮੇਰੇ ਤਾਏ ਦਾ ਨਾਂ ਤਾਰਾ ਸਿੰਘ ਸੀ, ਪਿੰਡ ਦਾ ਨਾਮ ਬੱਬਰੀ ਸੀ, ਜ਼ਿਲ੍ਹਾ ਗੁਰਦਾਸਪੁਰ ਪਿਛਲਾ। ਹਾਂ। ਕੰਮ ਦੋਧੀਆਂ ਦਾ ਸੀ। ਅੱਛਾ ਜੀ। ਦੁੱਧ ਵੇਚਦੇ ਸੀ ਅਸੀਂ, ਮਤਲਬ ਹਨਾ ਸ਼ਹਿਰ ਲੈ ਕੇ ਜਾਂਦੇ ਸੀ। ਇਸੇ ਤਰ੍ਹਾਂ ਮੌਤ ਹੋਈ ਸੀ, ਕਿੱਦਾਂ ਹੋਈ ਸੀ, ਮੈਂ ਤੇ ਮੇਰੇ ਭਰਾ ਦੀ ਵੀ ਹੋ ਗਈ ਸੀ, ਮਤਲਬ ਘਰ ਰੋਲ ਗਿਆ ਸੀ, ਉਹ ਸਾਰਾ ਯਾਦ ਸੀ। ਘਰ ਵੀ ਦਿਖਾ ਦਿੱਤਾ ਸੀ, ਮੈਂ ਆਪ ਹੀ ਲਿਜਾ ਕੇ ਪੂਰੇ ਆਪਣੀਆਂ ਚੀਜ਼ਾਂ ਤੱਕ ਪਛਾਣ ਲਈਆਂ ਸੀ। ਨਹੀਂ ਜਦੋਂ ਟਰੰਕ ਖੋਲ ਕੇ ਪਿਛਲੇ ਜਨਮ ਚ ਤੁਸੀਂ ਕਹਿ ਰਹੇ ਹੋ ਕਿ ਮੌਤ ਹੋ ਗਈ ਸੀ, ਤੇ ਉਸ ਟਾਈਮ ਤੇ ਸਾਡੀ ਏਜ ਕੀ ਸੀ? ਛੋਟੇ ਸੀਗੇ? ਨਹੀਂ ਨਹੀਂ ਬੱਚੇ ਸੀ ਮੇਰੇ। ਅੱਛਾ ਜੀ। ਹਾਂ। ਅੱਛਾ ਜੀ। ਮਤਲਬ ਛੋਟੇ ਛੋਟੇ ਬੱਚੇ ਛੱਡ ਕੇ ਮੌਤ ਹੋਈ ਸੀ। ਉਸ ਤੋਂ ਬਾਅਦ ਫਿਰ ਮੇਰੇ ਫਾਦਰ ਨੇ, ਕਿਉਂਕਿ ਉਦੋਂ ਬੜਾ ਆਸਾਨ ਹੁੰਦਾ ਸੀ ਵੀ ਤੁਸੀਂ ਕਿਸੇ ਨੂੰ ਵੀ ਵਰਕ ਚਾਰਜ ਵਗੈਰਾ ਤੇ ਰੱਖ ਹੀ ਲੈਂਦੇ ਸੀ ਬਿਜਲੀ ਬੋਰਡ ਚ। ਮੇਰੇ ਫਾਦਰ ਨੇ ਫਿਰ ਉਹ ਮੇਰੇ ਪਿਛਲੇ ਜਨਮ ਦੇ ਬੱਚਿਆਂ ਨੂੰ ਜੋਬ ਜੂਬ ਤੇ ਵੀ ਰਖਾ ਦਿੱਤਾ ਸੀ। ਹਾਂ। ਪਰ ਇਹ ਆ ਵੀ ਉਹਨਾਂ ਨੇ ਮੈਨੂੰ ਉੱਥੋਂ ਵੱਖਰਾ ਕਰਕੇ ਤੇ ਇੱਥੇ ਜਲੰਧਰ ਮੇਰੇ ਦਾਦਾ ਜੀ ਕੋਲ ਭੇਜ ਦਿੱਤਾ ਸੀ ਵੀ ਤਾਂ ਕਿ ਮੋਹ ਪਿਆਰ ਨਾ ਹੋ ਜਾਏ, ਅਟੈਚਮੈਂਟ ਨਾ ਹੋ ਜਾਏ, ਜਾਂ ਉਹ ਕੋਈ ਗੱਲ ਨੂੰ ਕਲੇਮ ਨਾ ਕਰਨ ਲੱਗ ਜਾਣ, ਹਨਾ ਸਹੀ ਡਿਸੀਜਨ ਲਿਆ। ਹਾਂ। ਤੇ ਉਹ ਫਿਰ ਹੌਲੀ ਹੌਲੀ, ਕਿਉਂਕਿ ਸ਼ਰਾਰਤੀ ਦਿਮਾਗ ਸੀ, ਕਲਾਕਾਰੀ ਵੱਲ ਪਏ ਰਹੇ ਤੇ ਉਹ ਚੀਜ਼ਾਂ ਹੌਲੀ ਹੌਲੀ ਭੁੱਲਦੀਆਂ ਗਈਆਂ, ਮੋਹ ਵੀ ਘਟਦਾ ਗਿਆ, ਟੁੱਟਦਾ ਗਿਆ। ਮੇਰੀ ਮਾਤਾ ਨੂੰ ਹੁਣ ਹੈ ਨੀ, ਮਤਲਬ ਓਨੀ ਕੁ ਕਾਫੀ ਬਿਰਧ ਹੋ ਗਏ ਨੇ, ਪਰ ਉਹਨਾਂ ਨੂੰ ਕਹਾਣੀ ਪੂਰੀ ਯਾਦ ਹੈ, ਸਾਰੇ ਨਾਂ ਤੱਕ ਯਾਦ ਨੇ। ਔਰ ਕੋਸ਼ਿਸ਼ ਵੀ ਕੀਤੀ ਮਾਤਾ ਜੀ ਦੇ ਸਾਹਮਣੇ ਗੱਲਾਂ ਹੋਈਆਂ ਸੀਗੀਆਂ। ਹਾਂ, ਸਾਰਾ ਕੁਝ ਉਹਨਾਂ ਦੇ ਨਾਲ, ਉਹਨਾਂ ਨੂੰ ਨਾਲ ਲੈ ਕੇ ਗਿਆ ਸੀ ਮੈਂ ਆਪਣੇ ਮਦਰ ਫਾਦਰ ਨੂੰ ਬੱਸ ਚ ਬਿਠਾ ਕੇ ਬੱਬਰੀ ਪਿੰਡ, ਉੱਥੇ ਜਾ ਕੇ ਤੁਸੀਂ ਸਾਰਾ ਕੁਝ ਖੋਲ ਕੇ ਦਿਖਾ ਦਿੱਤਾ ਸੀ ਸਭ ਕੁਝ, ਤੇ ਉਹਨਾਂ ਨੂੰ ਵੀ ਮਤਲਬ। ਹਾਂ ਹਾਂ। ਤੇ ਹੋਰ ਉਹੀ ਦਾ ਰੋਣਾ ਧੋਣਾ ਸ਼ੁਰੂ ਹੋ ਗਿਆ ਸੀ ਨਾ, ਤੇ ਉਸੇ ਤੋਂ ਘਬਰਾ ਕੇ ਮੇਰੇ ਫਾਦਰ ਨੇ ਫਿਰ ਮੈਨੂੰ ਇੱਧਰ ਨੂੰ ਭੇਜ ਦਿੱਤਾ ਸੀ। ਇਹ ਹੁੰਦੀਆਂ ਚੀਜ਼ਾਂ, ਮਤਲਬ ਹੈ ਤੇ ਆਤਮਾ ਹੀ ਹੈ ਨਾ। ਬਿਲਕੁਲ ਸਰ, ਬਿਲਕੁਲ ਆਤਮਾ ਹੀ ਕਹਿ ਲਓ, ਟਰਾਂਸਫਰ ਹੁੰਦੀ ਹੈ, ਨਵਾਂ ਸਰੀਰ ਲੈ ਲੈਂਦੀ ਹੈ। ਉਹ ਕੋਈ ਕੋਈ ਰੇਅਰੈਸਟ ਆਫ ਰੇਅਰ ਹੁੰਦਾ ਹੈ ਜਿਹਨੂੰ ਕੋਈ ਗੱਲਾਂ ਯਾਦ ਰਹਿ ਜਾਂਦੀਆਂ ਤੇ ਉਹ ਦੱਸ ਦਿੰਦਾ, ਤੇ ਉਹਦੇ ਤੇ ਆਪਾਂ ਮੰਨ ਵੀ ਲੈਂਦੇ ਹਾਂ, ਕਈ ਨਹੀਂ ਵੀ ਮੰਨਦੇ। ਬਹੁਤ ਸਾਰੇ ਕੇਸ ਹੁਣ ਤਾਂ ਇੰਟਰਨੈਟ ਦੇ ਅਕੋਰਡਿੰਗ ਬਹੁਤ ਸਾਰੇ ਕੇਸ ਹੁਣ ਤਾਂ ਬਾਹਰ ਆਏ ਹੋਏ ਆ। ਬਿਲਕੁਲ ਜੀ ਸਰ, ਉਹਨਾਂ ਵਿੱਚੋਂ ਇੱਕ ਮੇਰਾ ਵੀ ਹੈ ਜੀ ਸਰ। ਸੋ ਸਰ, ਅੱਜ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਮਜ਼ਾ ਆਇਆ, ਬਹੁਤ ਕੁਛ ਸਿੱਖਣ ਨੂੰ ਮਿਲਿਆ, ਤੁਹਾਡੀ ਸਟੋਰੀ ਬਾਰੇ ਪਤਾ ਕਰਕੇ ਸਾਨੂੰ ਬਹੁਤ ਐਕਸਾਈਟਮੈਂਟ ਹੋਈ ਕਿ ਇੱਦਾਂ ਵੀ ਹੋਇਆ ਹੈ, ਔਰ ਤੁਹਾਡੇ ਜੋ ਤੁਸੀਂ ਸਕਸੈਸ ਲਾਈਫ ਦੇ ਵਿੱਚ ਪਾਇਆ, ਇਸ ਟਾਈਮ ਜਿਸ ਮੁਕਾਮ ਤੇ ਤੁਸੀਂ ਪਹੁੰਚੇ ਹੋਏ ਹੋ, ਸਾਨੂੰ ਉਹ ਜਾਣ ਕੇ ਬਹੁਤ ਖੁਸ਼ੀ ਹੋਈ, ਤੇ ਅਸੀਂ ਚਾਹੁੰਦੇ ਹਾਂ ਕਿ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਇਸ ਪੋਡਕਾਸਟ ਨੂੰ ਕਰੀਏ ਐਂਡ, ਤੇ ਅਗਰ ਤੁਸੀਂ ਆਪਣੇ ਵੱਲੋਂ ਸਾਡੇ ਪੋਡਕਾਸਟ ਲਈ ਕੁਛ ਬੋਲਣਾ ਚਾਹੁੰਦੇ ਹੋ ਤਾਂ ਸਾਡੀ ਆਡੀਅੰਸ ਨੂੰ ਪਲੀਜ਼ ਇੱਕ ਵਾਰੀ ਮੈਸੇਜ ਦੇ ਦਿਓ। ਕੋਈ ਵੀ ਮੈਸੇਜ ਦੇਣ ਜੋਗਾ ਤੇ ਨਹੀਂ ਮੈਂ, ਖੈਰ ਹੈਗਾ, ਇੰਨੀ ਲਿਆਕਤ ਨਹੀਂ ਮੇਰੇ ਚ ਹੈਗੀ ਕਿ ਮੈਂ ਕਿਸੇ ਨੂੰ ਕੋਈ ਸੁਧਾਰ ਸਕਾਂ।
ਪਰ ਮੇਰੀ ਇੰਨੀ ਕੁ ਰਿਕੁਐਸਟ ਜ਼ਰੂਰ ਆ ਕਿ ਹੁਣ ਇੰਟਰਨੈਟ ਦਾ ਯੁੱਗ ਆ ਤੇ ਇੰਟਰਨੈਟ ਦੇ ਉੱਤੇ ਜੋ ਮਰਜ਼ੀ ਅਸੀਂ ਸਿੱਖਦੇ ਹਾਂ, ਦੇਖਦੇ ਹਾਂ, ਸੁਣਦੇ ਹਾਂ, ਕੋਸ਼ਿਸ਼ ਇਹ ਕਰੀਏ ਕਿ ਆਪਣੀਆਂ ਵੈਲਿਊਜ਼, ਆਪਣੀਆਂ ਆਪਣੇ ਕਰੈਕਟਰ ਨੂੰ ਲੈ ਕੇ, ਆਪਣੇ ਕਹਿ ਲਓ ਕਿ ਅੰਦਰ ਜਿਹੜੇ ਗੁਣ ਹੋਣੇ ਚਾਹੀਦੇ ਆ ਉਹਨਾਂ ਨੂੰ ਕਿਸੇ ਪਾਸਿਓਂ ਨੁਕਸਾਨ ਨਾ ਹੋਵੇ, ਇੰਨਾ ਕੁ ਜ਼ਰੂਰ ਧਿਆਨ ਰੱਖਿਆ ਜਾਵੇ। ਇਹ ਨਾ ਹੋਵੇ ਕਿ ਅਸੀਂ ਸਿਰਫ ਮੋਬਾਈਲ ਫੋਨ ਜਾਂ ਇੰਟਰਨੈਟ ਦੇ ਵਿੱਚ ਹੀ ਫਸੇ ਰਹੀਏ ਤੇ ਭੁੱਲ ਜਾਈਏ ਅਸਲੀ ਦੁਨੀਆਦਾਰੀ ਨੂੰ। ਅਸਲੀ ਦੁਨੀਆ ਦੇ ਵਿੱਚ ਜੀਣਾ ਵੀ ਓਨਾ ਹੀ ਲਾਜ਼ਮੀ ਆ ਜਿੰਨਾ ਸਾਡੇ ਲਈ ਜੇ ਅੱਜ ਇੰਟਰਨੈਟ ਲਾਜ਼ਮੀ ਆ। ਬਿਲਕੁਲ ਸਰ, ਬਿਲਕੁਲ। ਸਰ ਦੇ ਕਹਿਣ ਦਾ ਭਾਵ ਹੈ ਕਿ ਤੁਸੀਂ ਅਗਰ ਇੰਟਰਨੈਟ ਤੇ ਵੀ ਆਉਂਦੇ ਹੋ ਤਾਂ ਕੁਝ ਵੀ ਵਧੀਆ ਵਧੀਆ ਚੀਜ਼ਾਂ ਹਨ ਉਹਨਾਂ ਉੱਤੇ ਸਰਚ ਕਰੋ, ਰੀਸਰਚ ਕਰੋ ਅਤੇ ਬਿਲਕੁਲ ਸਿੱਖੋ, ਮਿਹਨਤ ਕਰੋ, ਮਿਹਨਤ ਕਰੋ, ਮੈਡੀਟੇਸ਼ਨ ਕਰੋ, ਹਨਾ। ਹਾਂ, ਔਰ ਸ਼ਾਰਟਕਟ ਨਾ ਲੱਭੋ, ਸ਼ਾਰਟਕਟ ਨਾ ਲੱਭੋ, ਕਿਉਂ ਬੱਚੇ ਦੇਖਦਾ ਆਹੀ ਜਿਹੜਾ ਹੁਣ ਰਾਤੋ ਰਾਤ ਮਸ਼ਹੂਰ ਹੋਣ ਦੇ ਚੱਕਰ ਚ ਜੋ ਕੁਛ ਕਰਦੇ ਪਏ ਤੇ ਉਹ ਲੋਕ ਵੀ ਉਹੋ ਜਿਹੇ ਆ ਜਿਹੜੇ ਕਿਸੇ ਨੂੰ ਵੀ ABCD ਨੂੰ ਜਿਹਦੀ ਨਾ ਸ਼ਕਲ ਨਾ ਅਕਲ ਨਾ ਵਜ੍ਹਾ ਨਾ ਔਕਾਤ ਉਹਨੂੰ ਫੇਮਸ ਕਰੀ ਜਾਂਦੇ ਆ। ਰਾਈਟ ਰਾਈਟ। ਤੇ ਇਹ ਚੀਜ਼ਾਂ ਜਿਹੜੀਆਂ ਨੇ ਮਤਲਬ ਕੋਈ ਥੋੜੀ ਦੇਰ ਦੇ ਲਈ ਤੇ ਹੈ, ਪਰ ਜਿੱਦਣ ਇਹ ਬੈਲੂਨ ਫਟ ਗਿਆ ਤੇ ਉਦਣ ਫਿਰ ਵਾਪਸ ਆਣਾ ਅਸਲੀਅਤ ਤੇ ਹੀ ਪੈਣਾ। ਪਰ ਹੁਣ ਹੌਲੀ ਹੌਲੀ ਸਰ ਮੈਂ ਇਹ ਵੀ ਚੀਜ਼ ਨੋਟਿਸ ਕੀਤੀ ਹੈ ਕਿ ਲੋਕ ਸਮਝ ਰਹੇ ਨੇ ਹੌਲੀ ਹੌਲੀ, ਜੋ ਮੇਰੇ ਸਾਥੀ ਹੋਰ ਪੋਡਕਾਸਟ ਬਣਾਉਂਦੇ ਹਨ ਉਹਨਾਂ ਦੇ ਥਰੂ ਜਾਂ ਫਿਰ ਕੁਛ ਐਸੇ ਚੈਨਲ ਨੇ ਜੋ ਸਮਝਾਉਂਦੇ ਨੇ, ਠੀਕ ਹੈ। ਹੁਣ ਤੱਕ ਮਤਲਬ ਜੋ ਦੁਨੀਆ ਚੇਂਜ ਹੋ ਰਹੀ ਹੈ ਉਹ ਸਿੱਧੇ ਪਾਸੇ ਨੂੰ ਵੀ ਹੌਲੀ ਹੌਲੀ ਚੰਗੀ ਗੱਲ ਹੈ ਜੀ। ਹਾਂ ਜੀ ਜੀ, ਮਤਲਬ ਜੇ ਇੰਨਾ ਹੀ ਪਤਾ ਲੱਗ ਗਿਆ ਨਾ ਕਿ ਸਿੱਧਾ ਪਾਸਾ ਕਿਹੜਾ ਤੇ ਪੁੱਠਾ ਪਾਸਾ ਕਿਹੜਾ ਤੇ ਆਪਣੇ ਆਪ ਹੀ ਫਿਰ ਸਿੱਧੇ ਪਾਸੇ ਆ ਜਾਏਗਾ। ਕੁਆਂਟੀਟੀ ਚ ਹੋਵੇ ਚਾਹੇ ਜ਼ਿਆਦਾ ਚ ਹੋਵੇ ਇੰਨਾ ਕਿ ਸਿੱਧੇ ਵਾਲੀ ਸਾਈਡ ਨੂੰ ਵੀ ਲੋਕਾਂ ਨੂੰ ਜਾਣਾ ਚਾਹੀਦਾ। ਹਾਂ ਬਿਲਕੁਲ ਬਿਲਕੁਲ। ਸਰ ਤੁਹਾਡੇ ਨਾਲ ਪੋਡਕਾਸਟ ਕਰਕੇ ਅੱਜ ਬਹੁਤ ਮਜ਼ਾ ਆਇਆ, ਬਹੁਤ ਖੁਸ਼ੀ ਮਿਲੀ ਤੇ ਹੁਣ ਪੋਡਕਾਸਟ ਨੂੰ ਕਰਦੇ ਹਾਂ ਇੱਥੇ ਐਂਡ। ਹੁਣ ਤੱਕ ਦੇ ਲਈ ਇੰਨੇ ਹੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।